ਕੀ ਹਾਲ ਆ? ਵਧੀਆ। ਕੀ ਕਰਨ ਦੇ ਅੱਜ? ਕੰਮ ਕਰ ਕਰਕੇ ਧਰਨੇ ਤੇ ਚੱਲਿਆ। ਤੂੰ ਨਹੀਂ ਜਾਣਾ? ਨਾ ਯਾਰ, ਧਰਨੇ ਤੇ ਵਿਹਲਿਆਂ ਦੇ ਕੰਮ ਆ। ਨਹੀਂ ਯਾਰ, ਆਪਣਾ ਸਾਰਿਆਂ ਦਾ ਫਰਜ਼ ਆ ਧਰਨੇ ਤੇ ਜਾਣਾ। ਮੇਰੀ ਜੌਬ ਚੱਲਦੀ ਆ, ਰੋਟੀ ਪਾਣੀ ਵਧੀਆ ਚੱਲੀ ਜਾਂਦਾ। ਕੱਲੇ ਕਿਸਾਨ ਮਾਰੂ ਬਿੱਲ ਨਹੀਂਗੇ, ਇਹ ਬਿੱਲਾਂ ਨੇ ਤਾਂ ਸਾਰਿਆਂ ਨੂੰ ਰੋਟੀ ਤੋਂ ਮੁਹਤਾਜ ਕਰ ਦੇਣਾ। ਸਾਡੀ ਕਿਹੜੀ ਜ਼ਮੀਨ ਆ? ਮੈਂ ਕੀ ਲੈਣਾ ਕਿਸਾਨਾਂ ਦੇ ਧਰਨਿਆਂ ਤੋਂ? ਬਿੱਲ ਲਾਗੂ ਹੋਣ ਜਾਂ ਨਾ ਹੋਣ, ਅੱਜ ਨਹੀਂ ਤਾਂ ਕੱਲ ਸਮਝ ਆ ਜੂ ਇਹਨਾਂ ਬਿੱਲਾਂ ਬਾਰੇ ਤੈਨੂੰ। ਸੁਣਿਓ, ਤੇਲ ਮੁੱਕ ਗਿਆ, ਤੇਲ ਦੀ ਬੋਤਲ ਲਿਆ ਦਿਓ। ਕੀ ਹਾਲ ਭਾਜੀ? ਵਧੀਆ ਵਧੀਆ, ਤੁਸੀਂ ਸੁਣਾਓ? ਤੇਲ ਦੀ ਬੋਤਲ ਦਿਓ। ਲਵ ਨਹੀਂ ਬੋਤਲ ਤੇਲ ਦੀ। ਆ ਲਓ ਜੀ, ਇਹ ਕੀ ਭਾਜੀ? 480 ਰੁਪਏ ਦੀ ਏ। ਅੱਗੇ ਇਹਨੇ ਦੀ ਖੜੀ ਦੀ ਆ ਯਾਰ? ਉਹ ਸਮੇਂ ਚੱਲ ਗਏ ਆ। ਹੁਣ ਕਿਹੜੇ ਸਮੇਂ ਆ? ਹੁਣ ਸਮੇਂ ਕਾਰਪੋਰੇਟ ਘਰਾਣਿਆਂ ਦੇ ਹੱਥ 'ਚ ਸਭ ਕੁਝ ਆ ਗਿਆ, ਉਹ ਕਿਸਾਨਾਂ ਦੇ ਸਮੇਂ। ਚੱਲ ਰਹਿਣ ਦਿਓ ਫਿਰ। ਹਾਂ, ਫੜ ਸੁੱਟ ਓਏ, ਰੱਖ ਲਾ। ਹਰੇਕ ਚੀਜ਼ ਦਾ ਰੇਟ ਇੰਨਾ ਮਹਿੰਗਾ ਹੋ ਗਿਆ, ਤਨਖਾਹ ਵੀ ਥੋੜ੍ਹੀ ਆ, ਕਿੱਦਾਂ ਘਰ ਦਾ ਖਰਚਾ ਚੱਲੂਗਾ? ਬੱਚਿਆਂ ਦੀਆਂ ਫੀਸਾਂ ਦੇਵਾਂ ਕਿ ਘਰ ਦਾ ਖਰਚਾ ਚਲਾਵਾਂ, ਸਮਝ ਨਹੀਂ ਆਉਣ ਡੀ। ਇਹ ਤੋਂ ਚੰਗਾ ਤਾਂ ਮੌਤ ਆ ਜੇ, ਫਾਹ ਹੱਲ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ, ਸਾਧ ਸੰਗਤ ਜੀ, ਜੋ ਸਰਕਾਰ ਨੇ ਕਾਲੇ ਕਾਨੂੰਨ ਲਿਆਉਂਦੇ ਹਨ ਉਹਨਾਂ ਦਾ ਵਿਰੋਧ ਕਰਨ ਵਾਸਤੇ ਅੱਜ ਆਪਣੇ ਨਗਰ 'ਚੋਂ ਹੋਰ ਸਾਰਿਆਂ ਨਗਰਾਂ ਦੇ ਵਿੱਚੋਂ ਰੈਲੀ ਲੈ ਕੇ ਜਾ ਰਹੇ ਹਨ। 7-8 ਮਹੀਨੇ ਹੋ ਗਏ ਆ ਜੋ ਸਰਕਾਰ ਅਜੇ ਅੜੀ ਬੈਠੀ ਆਪਣੇ ਜਿੱਤ, ਕਿ ਅਸੀਂ ਕਾਨੂੰਨ ਇਹ ਵਾਪਸ ਨਹੀਂ ਲੈਣੇ, ਇਹਨਾਂ ਦੀ ਸੋਧ ਹੋ ਸਕਦੀ ਹੈ। ਸੋਧ ਕੋਈ ਨਹੀਂ ਆਏ, ਕਿਉਂਕਿ ਲੋਕਾਂ ਨੂੰ ਮਾਰਨਾ ਚਾਹੁੰਦੇ ਹਨ, ਜਨਤਾ ਦਾ ਖੂਨ ਪੀਣਾ ਚਾਹੁੰਦੇ ਹਨ। ਐਸਾ ਇਹਨਾਂ ਨੇ ਕਾਨੂੰਨ ਲਿਆਂਦਾ ਹੈ ਕਿ ਜਨਤਾ ਨੂੰ ਆਪਣਾ ਬੰਦੀ ਬਣਾ ਕੇ ਰੱਖਣਾ ਹੈ। ਇਹ ਬੇਨਤੀ ਹੈ ਭਾਈ ਸਾਰਿਆਂ ਨੂੰ ਕਿ ਵੱਧ ਚੜ ਕੇ ਜਾ ਕੇ ਯਾਰ, ਜੇ ਅੱਜ ਆਪਾਂ ਕਿਸਾਨਾਂ ਦੇ ਨਾਲ ਨਾ ਨਾ ਖੜੇ ਅਤੇ ਆਉਣ ਵਾਲੀਆਂ ਨਸਲਾਂ ਸਾਨੂੰ ਕੁੱਸਣਗੀਆਂ ਕਿ ਸਾਡੇ ਵੱਡਿਆਂ ਨੇ ਕੀ ਕੀਤਾ ਸਾਡੇ ਲਈ, ਸਾਨੂੰ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਕਰਕੇ। ਯਾਰ, ਉਹ ਬਾਈ ਸਹੀ ਕਹਿ ਰਿਹਾ ਸੀ, ਇੱਦਾਂ ਨਹੀਂ ਸਰਨਾ, ਆਪਾਂ ਨੂੰ ਕਿਸਾਨਾਂ ਦੇ ਹੱਕਾਂ 'ਚ ਖਲੋਣਾ ਪਊਗਾ ਸਾਰਿਆਂ ਨੂੰ। ਅਜੇ ਤਾਂ ਉਹ ਬਿੱਲ ਲਾਗੂ ਨਹੀਂ ਹੋਏ, ਜੇ ਲਾਗੂ ਹੋ ਗਏ ਤਾਂ ਕਿੰਨੀ ਮਹਿੰਗਾਈ ਹੋਊਗੀ। ਯਾਰ, ਜਿਹੜੀ ਤੂੰ ਗੱਲ ਕਹਿ ਗਿਆ ਸਹੀ ਸੀ, ਹੁਣ ਆਪਾਂ ਚੱਲੀਏ ਧਰਨੇ 'ਤੇ।